ਸਵਾਗਤ ਹੈ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਲਗਾਤਾਰ ਹੋ ਰਹੀ ਸੀ ਮੰਤਰੀ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਅਤੇ ਉਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਕੀ ਰੁੱਖ ਕਰੇਗੀ ਦਰਸ਼ਕਾਂ ਤੋਂ ਸਵਾਲ ਹੈ ਕਿ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਮਨਜ਼ੂਰ ਹੋਣਾ ਵਾਜਿਬ ਫੈਸਲਾ ਹਾਂ ਜਾਂ ਨਾਂ ਦੇ ਵਿੱਚ ਤੁਸੀਂ ਆਪਣੇ ਜਵਾਬ 57575 'ਤੇ ਭੇਜ ਸਕਦੇ ਹੋ SMS ਦੇ ਰਾਹੀਂ ਕੁਝ ਕਾਲਰ ਨੇ ਇਸ ਵਕਤ ਬਣੇ ਹੋਏ ਰਾਜਨ ਨੇ ਮੋਹਾਲੀ ਤੋਂ ਰਾਜਨ ਸਵਾਗਤ ਹੈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਹਾਂਜੀ ਸਰ ਮੈਂ ਕਹਿਣਾ ਚਾਹਾਂਗਾ ਜੀ ਇੱਕ ਤਾਂ ਰਾਗੀ ਸਾਹਿਬ ਨੂੰ ਬੇਨਤੀ ਕਰੂੰਗਾ ਜੀ ਬੜੇ ਵਧੀਆ ਬੰਦੇ ਨੇ ਕਿ ਜੇ ਕਿਸੇ ਵੀ ਜਿਹੜਾ ਹੈਗਾ ਸਵਾਲ ਪੁੱਛਣਾ ਇਹਦਾ ਕਰੈਕਟਰ ਸਰਟੀਫਿਕੇਟ ਨਾ ਬਣਾਉਣ ਕਿ ਜਿਵੇਂ ਕਿ ਕਹਿੰਦੇ ਨੇ ਵੋਟਾਂ ਘੱਟ ਪਈਆਂ ਵੋਟਾਂ ਹੁਣ ਪਿੱਛੇ ਜੇ ਜ਼ਮੀਨੀ ਚੋਣ ਵੀ ਆਪਾਂ ਨੂੰ ਪਤਾ ਹੀ ਹੈ ਜੀ ਕਿਹਨਾਂ ਨੂੰ ਕਿੰਨੀਆਂ ਪਈਆਂ ਜੇ ਕਹਿੰਦੇ ਨੇ ਵੀ ਹਾਂ ਸਵਾਲ ਚੁੱਕਣ ਵਾਲੇ ਦੀ ਵੈਲਿਊ ਤਾਂ ਫਿਰ ਜਿਹੜੇ ਆਮ ਲੋਕਾਂ ਦੀ ਫੋਨ ਲਿਆ ਜਾਂਦਾ ਜਿਹੜੀ ਪਬਲਿਕ ਤੇ ਲਏ ਜਾਂਦੇ ਨੇ ਤਾਂ ਫਿਰ ਤਾਂ ਉਹਨਾਂ ਦੀ ਵੀ ਇਹ ਕਹਿਣਗੇ ਵੀ ਕੋਈ ਵੈਲਿਊ ਨਹੀਂ ਹੈਗੀ ਜੀ ਬਾਕੀ ਦੂਜੀ ਗੱਲ ਜਿਵੇਂ ਆਪਾਂ ਕਰੀਏ ਜਾਵੇ ਕਿ ਅਸੀਂ ਨੈਤਿਕਤਾ ਦੀ ਗੱਲ ਕਰੀਏ ਮੈਂ ਸਮਝਦਾ ਕਿ ਆਪਣਾ ਪੰਜਾਬ ਪਾਰਟੀ ਤੇ ਆਪਣਾ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਕਿਸੇ ਹੋਰ ਨੈਤਿਕਤਾ ਦਿਖਦੀ ਨਹੀਂ ਜਿਹੜੀ ਕਿ ਆਪਣੇ ਸਟੈਂਡ ਤੇ ਬਿਲਕੁਲ ਕਾਇਮ ਨੇ ਜਿਵੇਂ ਕਿ ਕਿਹਾ ਜਾਂਦਾ ਕਿ ਦੋਸ਼ ਸਾਡੇ ਸਾਬਤ ਨਹੀਂ ਹੋਏ ਤੁਹਾਡੇ ਸਾਬਤ ਨਹੀਂ ਹੋਏ ਜਿਵੇਂ ਕਿ ਢਿੱਲੋਂ ਸਾਹਿਬ ਵੀ ਕਿਹਾ ਕੱਲ ਆਪਣਾ ਬਾਲੀ ਸਾਹਿਬ ਵੀ ਕਹਿ ਰਹੇ ਸੀ ਕਿ ਦੋਸ਼ ਅੱਜ ਤੱਕ ਸਾਬਤ ਨਹੀਂ ਹੋਏ ਜਦੋਂ ਕਿ ਦੇਖਿਆ ਜਾਵੇ ਇਹਨਾਂ ਵੱਲੋਂ ਵੀ ਜਿਹੜੇ ਦੋਸ਼ ਲਾਏ ਜਾਂਦੇ ਸੀ ਕਿ ਲੰਬੂ ਚਿੱਟਾ ਵੇਚਦਾ ਹੈ ਜਾਂ ਸੁਖਬੀਰ ਬਾਦਲ ਸਮੈਕ ਦੀਆਂ ਪੌੜੀਆਂ ਵੇਚਦਾ ਹੈ ਇਹ ਜਿਹੜੇ ਹੈਗੇ ਨੇ ਮਾਲਕ ਹੁੰਦੇ ਹੋਏ ਵੀ ਇਹ ਦੋਸ਼ਾਂ ਨੂੰ ਦੂਜੇ ਨੂੰ ਸਾਬਤ ਨਹੀਂ ਕਰ ਸਕੇ ਨਹੀਂ ਕਰ ਸਕਦੇ ਠੀਕ ਹੈ ਬਹੁਤ ਸ਼ੁਕਰੀਆ ਰਾਜਨ ਆਪਣੀ ਰਾਏ ਰੱਖਣ ਦੇ ਲਈ ਜਸਰਾਜ ਨੇ ਅਗਲੇ ਕਾਲਰ ਫਿਰੋਜ਼ਪੁਰ ਤੋਂ ਜਸਰਾਜ ਸਵਾਗਤ ਹੈ ਤੁਹਾਡਾ ਵੀ ਆਪਣੀ ਰਾਏ ਰੱਖ ਸਕਦੇ ਹੋ ਆਪਣੇ ਵਿਚਾਰ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਮੇਰਾ ਇਹ ਸਵਾਲ ਹੈ ਚਲੋ ਅਸਤੀਫਾ ਲੈਣਾ ਜਿਹੜਾ ਠੀਕ ਸੀ ਦੂਜੇ ਨੰਬਰ ਤੇ ਹੈ ਕਾਂਗਰਸ ਪਾਰਟੀ ਦੀ ਮਜਬੂਰੀ ਸੀ ਕਾਰਨ ਇਹ ਸੀ 2009-14 ਤੱਕ ਇਹ ਇਲੈਕਸ਼ਨ ਦੇ ਵਿੱਚ ਰਾਜ ਇਹਨਾਂ ਰਾਜ ਕੀਤਾ ਪ੍ਰਧਾਨ ਮੰਤਰੀ ਇਹਨਾਂ ਦਾ ਰਿਹਾ ਇਹਨਾਂ ਨੇ ਕਿੰਨੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਵਿੱਚ ਆਉਣ ਲੱਗੇ ਇਹਨਾਂ ਅਸਤੀਫੇ ਨਾਲ ਲਾਏ ਇਸ ਕਰਕੇ ਇਹਨਾਂ ਨੂੰ 2014 ਦੇ ਵਿੱਚ ਵਿਰੋਧੀ ਧਿਰ ਨਹੀਂ ਗਏ ਇਹ ਇਹਨਾਂ ਦੀ ਮਨਜ਼ੂਰੀ ਮਜ਼ਬੂਰੀ ਬਣ ਗਈ ਕਿਉਂਕਿ ਹੁਣ ਗਾਂ ਇਹ ਦੱਸਣਗੇ ਦੂਜਿਆਂ ਰਾਜਾਂ ਜਿੱਥੇ ਇਲੈਕਸ਼ਨ ਹੋਵੇਗਾ ਵੀ ਅਸੀਂ ਪੰਜਾਬ ਦੇ ਵਿੱਚ ਸਾਡੇ ਭ੍ਰਿਸ਼ਟਾਚਾਰ ਮੰਤਰੀ ਦੇ ਲੱਗਾ ਤੇ ਅਸੀਂ ਉਹਨਾਂ ਅਸਤੀਫਾ ਲਿਆ ਠੀਕ ਹੈ ਬਹੁਤ ਸ਼ੁਕਰੀਆ ਜਸਰਾਜ ਆਪਣੀ ਰਾਏ ਰੱਖ ਰੇਸ਼ ਕੌਸ਼ਲ ਮੈਂ ਤੁਹਾਡੇ ਤੋਂ ਅਗਲਾ ਸਵਾਲ ਲੈਣਾ ਸਰ ਜਿਸ ਤਰੀਕੇ ਦੇ ਨਾਲ ਹੁਣ ਦੋਵੇਂ ਧਿਰਾਂ ਦੇ ਆਪਣੇ ਆਪਣੇ ਉਹ ਨੇ ਆਪਣੇ ਆਪਣੇ ਵਿਚਾਰ ਨੇ ਰਾਣਾ ਗੁਰਜੀਤ ਸਿੰਘ ਕਹਿ ਰਹੇ ਵੀ ਖਹਿਰਾ ਅਸਤੀਫਾ ਦੇਣ ਨੈਤਿਕਤਾ ਦੇ ਆਧਾਰ ਤੇ ਮੈਂ ਦੇਤਾ ਰਾਣਾ ਗੁਰਜੀਤ ਸਿੰਘ ਤੇ ਲੱਗੇ ਇਲਜ਼ਾਮ ਤੇ ਖਹਿਰਾ ਤੇ ਲੱਗੇ ਇਲਜ਼ਾਮ ਕਿ ਇੱਕੋ ਤੱਕੜੀ ਦੇ ਵਿੱਚ ਤੋਲੇ ਜਾ ਸਕਦੇ ਆ ਇੱਕੋ ਨਜ਼ਰ ਦੇ ਨਾਲ ਦੇਖੇ ਜਾ ਸਕਦੇ ਇੱਕੋ ਤਰੀਕੇ ਦੇ ਨਾਲ ਇਹਨਾਂ ਨੂੰ ਸਮਝਿਆ ਜਾ ਸਕਦਾ ਦੇਖੋ ਇੱਕ ਤਾਂ ਪਹਿਲੀ ਗੱਲ ਤਾਂ ਇਹ ਕਲੀਅਰ ਹੈ ਕਿ ਇਹ ਇਲਜ਼ਾਮ ਨੇ ਜੀ ਖਹਿਰਾ ਤੇ ਵੀ ਔਰ ਰਾਣਾ ਦੇ ਉੱਤੇ ਵੀ ਇਹ ਕੋਈ ਪ੍ਰੂਵਡ ਕੋਈ ਚੀਜ਼ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਨਾ ਕਿਸੇ ਨੂੰ ਕੋਈ ਕਲੀਨ ਚਿੱਟ ਹੈ ਮੈਂ ਜਿਹੜੀ ਗੱਲ ਪਹਿਲਾਂ ਜਿਸ ਤਰ੍ਹਾਂ ਮੈਂ ਕੀਤੀ ਹੈ ਮੈਂ ਉਹ ਗੱਲ 'ਤੇ ਆਉਣਾ ਚਾਹੁੰਦਾ ਕਿ ਜਿਸ ਤਰ੍ਹਾਂ ਹੁਣੇ ਇੱਕ ਸਵਾਲ ਆਇਆ ਸੀ ਕਿ ਇੰਨੀ ਦੇਰ ਅਸਤੀਫਾ ਕਿਉਂ ਨਹੀਂ ਲਿਆ ਗਿਆ ਪਹਿਲਾਂ ਜਦੋਂ ਇੰਨੇ ਮਹੀਨਿਆਂ ਤੋਂ ਉਹਨਾਂ ਦੇ ਉੱਤੇ ਆਰੋਪ ਲੱਗ ਰਹੇ ਸੀ ਤਾਂ ਹੁਣ ਕਿਉਂ ਲਿਆ ਗਿਆ ਇਹ ਕੋਈ ਜੋਤਿਸ਼ੀ ਦਾ ਤਾਂ ਨਹੀਂ ਕੋਈ ਦੱਸਿਆ ਹੋਇਆ ਕਿ ਵੀ ਆਹ ਟਾਈਮ ਹੈ ਇਸ ਵਕਤ ਗ੍ਰਹਿ ਚਾਲ ਠੀਕ ਹੈ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈ ਨਾ ਜੀ ਜੀ ਗੱਲ ਸਿੱਧੀ ਹੈ ਕਿ ਇਹ ਇਹ ਜੋ ਰਾਜਨੀਤੀ ਦੀ ਜ਼ਰੂਰਤ ਹੁੰਦੀ ਹੈ ਪਾਰਟੀਆਂ ਦੀ ਜੋ ਜ਼ਰੂਰਤ ਹੁੰਦੀ ਹੈ ਜਿਸ ਵਕਤ ਉਸ ਵਕਤ ਉਹ ਕੰਮ ਹੁੰਦਾ ਹੈ ਜਿਹੜੀ ਗੱਲ ਕਹੀ ਗਈ ਹੈ ਕਿ ਪਹਿਲਾਂ ਸੁਖਬੀਰ ਬਾਦਲ ਦੇ ਉੱਤੇ ਵੀ ਉਹ ਚਿੱਟਾ ਦੀਆਂ ਪੁੜੀਆਂ ਫਲਾਂ ਧਮਕਾਨਾ ਉਹ ਕਿਹੜਾ ਸਾਬਤ ਹੋਈਆਂ ਨੇ ਹਾਂ ਬਿਲਕੁਲ ਮੈਂ ਇੱਥੇ ਇੱਕ ਗੱਲ ਇੱਕ ਮਤਲਬ ਪ੍ਰਤੀਕ ਦੇ ਤੌਰ 'ਤੇ ਗੱਲ ਕਹਿਣੀ ਚਾਹੁੰਦਾ ਕਿ ਕਿਸੇ ਨੂੰ ਕੋਈ ਹਟਾਉਂਦਾ ਨਹੀਂ ਹੈ ਅਲਟੀਮੇਟਲੀ ਹਟਾਉਂਦੇ ਲੋਕ ਨੇ ਅਦਾਲਤ ਲੋਕਾਂ ਦੀ ਹੁੰਦੀ ਹੈ ਇਹ ਇਹ ਸਾਬਤ ਹੋਣਾ ਕਿ ਕਿਸੇ ਦੇ ਚਿੱਟਾ ਨਹੀਂ ਮਿਲਿਆ ਪੁੜੀਆਂ ਨਹੀਂ ਮਿਲੀਆਂ ਉਹ ਲੋਕਾਂ ਨੇ ਦੱਸਤਾ ਕਿ ਵੀ ਇਹ ਚੀਜ਼ ਗਲਤ ਹੈ ਜਾਂ ਠੀਕ ਹੈ ਠੀਕ ਹੈ ਉਹ ਚਲੇ ਗਏ ਨੇ ਦੂਸਰੇ ਆ ਗਏ ਆ ਜੀ ਦੂਸਰੀ ਗੱਲ ਰਹੀ ਹੈ ਹੁਣ ਇਸ ਵਕਤ ਵੀ ਮੈਂ ਆ ਰਿਹਾ ਢਿੱਲੋਂ ਸਾਹਿਬ ਜਦੋਂ ਰਾਜਨੀਤੀ ਗਰਮ ਹੁੰਦੀ ਹੈ ਤਾਂ ਰੇਤ ਗਰਮ ਹੁੰਦੀ ਹੈ ਔਰ ਜਦੋਂ ਰੇਤਾ ਗਰਮ ਹੁੰਦਾ ਤਾਂ ਪੈਰਾਂ ਨੂੰ ਚੁਭਦਾ ਤਾਂ ਫਿਰ ਭੱਜਦਾ ਬੰਦਾ ਤੇ ਇਸ ਕਰਕੇ ਅਸਤੀਫਾ ਦਿੰਦਾ ਜੀ ਇਸ ਵਕਤ ਇਹਨਾਂ ਦੀ ਸਮੇਂ ਦੀ ਜ਼ਰੂਰਤ ਹੈ ਇਹਨਾਂ ਦੇ ਹਿੱਤ 'ਚ ਅਸਤੀਫਾ ਜਿਵੇਂ ਹੁਣ ਇੱਕ ਕਾਲਰ ਨੇ ਵੀ ਕਿਹਾ ਇਲੈਕਸ਼ਨ ਦੀ ਗੱਲ ਵੀ ਕੀਤੀ ਹੈ ਔਰ ਮੈਂ ਫਿਰ ਆਪਣੀ ਗੱਲ ਨੂੰ ਇਹ ਦੁਹਰਾਉਣਾ ਚਾਹੁੰਦਾ ਕਿ ਇਹ ਇਲਜ਼ਾਮਾਤ ਨੇ ਹਲੇ ਕੋਈ ਸਾਬਤ ਨਹੀਂ ਹੈ ਔਰ ਕੋਈ ਬੜੀ ਗੱਲ ਨਹੀਂ ਹੈ ਕਿ ਕੱਲ ਨੂੰ ਰਾਣਾ ਸਾਹਿਬ ਫਿਰ ਦੁਆਰਾ ਇਸ ਮੰਚ ਦੇ ਉੱਤੇ ਵਾਪਸ ਇੱਕ ਗੱਲ ਹੋਰ ਆਪਣੀ ਕੰਕਲੂਡ ਕਰਨਾ ਚਾਹੂੰਗਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਬਹੁਤ ਹੀ ਮਜ਼ਬੂਤ
ਇੱਕ ਪਾਏਦਾਰ ਨੇਤਾ ਦੇ ਕਾਂਗਰਸ ਦੇ ਤੌਰ 'ਤੇ ਕਾਂਗਰਸੀ ਨੇਤਾ ਦੇ ਤੌਰ 'ਤੇ ਉੱਭਰੇ ਪੰਜਾਬ 'ਚ ਜਦੋਂ ਕਿ ਬਿਲਕੁਲ ਵਿਪਰੀਤ ਹਾਲਾਤ ਸੀ ਬਾਕੀ ਦੇ ਦੇਸ਼ ਵਿੱਚ। ਲੇਕਿਨ ਉਹਨਾਂ ਨੇ ਆਪਣੇ ਚਾਹੇ ਬਾਜਵਾ ਦੇ ਟਾਈਮ 'ਚ ਉਹਨਾਂ ਨੇ ਆਪਣਾ ਜੋ ਵੀ ਉਹ ਚਾਹੁੰਦੇ ਸੀ ਉਹ ਆਪਣੀ ਰਿੱਟ ਉਹਨਾਂ ਨੇ ਚਲਾਈ, ਆਪਣੀ ਮਰਜ਼ੀ ਦਾ ਪ੍ਰਧਾਨ ਕਾਂਗਰਸ ਦਾ ਬਣਵਾਇਆ, ਸਾਰਾ ਕੁਛ ਕਰ ਲਿਆ, ਪਾਰਟੀ 'ਚ ਕੈਬਨਿਟ ਆਪਣੇ ਹਿਸਾਬ ਨਾਲ ਬਣਾਈ ਹੈ। ਲੇਕਿਨ ਦੋ ਚੀਜ਼ਾਂ ਜਿਹੜੀਆਂ ਨੇ ਸੱਟਾਂ ਵੱਜੀਆਂ ਜਿਹੜੀਆਂ ਇੱਕਦਮ, ਇੱਕ ਤਾਂ ਸੁਰੇਸ਼ ਕੁਮਾਰ ਦਾ ਜਿਹੜਾ ਫੈਸਲਾ ਹਾਈਕੋਰਟ ਨੇ ਦਿੱਤਾ ਉਹਨਾਂ ਦੇ ਬਾਰੇ 'ਚ, ਨੰਬਰ ਇੱਕ। ਹਾਂ ਬਾਈ ਜ਼ਰੂਰ ਬੋਲਣਗੇ ਸਾਰੇ ਆਪਣਾ ਆਪਣਾ ਟਾਈਮ, ਇੱਕ ਉਹ ਗੱਲ, ਔਰ ਦੂਸਰੀ ਗੱਲ ਜਿਹੜਾ ਇਹ ਹੁਣ ਰਾਣਾ ਨੂੰ ਅਸਤੀਫਾ ਦੇਣ ਲਈ ਹਾਈਕਮਾਂਡ ਨੇ ਮਜਬੂਰ ਕੀਤਾ, ਇਹਦੇ ਨਾਲ ਮੈਂ ਇਹ ਸਮਝਦਾ ਕਿ ਰਾਜਨੀਤਿਕ ਇੱਕ ਜੋ ਇਫੈਕਟ ਜਿਹੜਾ ਜਾਏਗਾ ਥੋੜ੍ਹਾ ਜਿਹਾ ਜ਼ਿਆਦਾ, ਹਾਲੇ ਮੈਂ ਨਹੀਂ ਕਹਿੰਦਾ, ਹਾਲੇ ਵੀ ਮੈਂ ਮੰਨਦਾ ਕਿ ਮਹਾਰਾਜਾ ਅਮਰਿੰਦਰ ਸਿੰਘ ਦੀ ਅੱਜ ਵੀ ਇਮੇਜ ਜੇ ਦੇਸ਼ ਦੇ ਅੰਦਰ ਦੇਖਿਆ ਜਾਵੇ ਇੱਕ ਬਹੁਤ ਹੀ ਮਜ਼ਬੂਤ ਔਰ ਪਾਏਦਾਰ ਲੀਡਰ ਅੱਜ ਵੀ ਹੈਗਾ ਉਹ, ਠੀਕ ਹੈ। ਲੇਕਿਨ ਫਿਰ ਵੀ ਹਾਈਕਮਾਂਡ ਦੀ ਜੇ ਜਿਹੜੀਆਂ ਜ਼ਰੂਰਤਾਂ ਨੇ ਉਹ ਚਾਹੁੰਦੇ ਆ ਕਿ ਥੋੜ੍ਹਾ ਬਹੁਤ ਕੈਬਨਿਟ ਚੇਂਜਿਸ ਕਰਨੀ ਹੈ, ਹੋਰ ਕਰਨੀ ਹੈ, ਠੀਕ ਹੈ। ਢਿੱਲੋਂ ਸਾਹਿਬ ਵੀ ਚਾਹੀਦਾ, ਢਿੱਲੋਂ ਸਾਹਿਬ ਹੁਣ ਇਹਦੇ 'ਤੇ ਹੀ ਤੁਸੀਂ ਆਪਣੇ ਕਮੈਂਟ ਦੇ ਲਿਓ, ਉਸ ਤੋਂ ਪਹਿਲਾਂ ਮੈਂ ਇੱਕ ਸਵਾਲ ਵੀ ਲੈ ਲੈ ਢਿੱਲੋਂ ਸਾਹਿਬ ਨਾਲ ਦੀ ਨਾਲ ਹੀ। ਸਵਾਲ ਇਹ ਹੈ ਕਿ ਕਾਂਗਰਸ ਦੇ ਅੰਦਰ ਵੀ ਕਈ ਅਜਿਹੇ ਆਗੂ ਸੀ ਜਿਹੜੇ ਅੰਦਰ ਖਾਤੇ ਚਾਹ ਰਹੇ ਸੀ ਵੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇਣ, ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਹਾਈਕਮਾਂਡ ਤੱਕ ਪਹੁੰਚ ਕੀਤੀ ਜਾ ਰਹੀ ਸੀ, ਵਿਰੋਧੀ ਧਿਰ ਦੀ ਗੱਲ ਆਪਾਂ ਛੱਡ ਦਈਏ, ਉਹਨਾਂ ਦੇ ਵੱਲੋਂ ਲਗਾਤਾਰ ਪਹੁੰਚ ਕੀਤੀ ਜਾ ਰਹੀ ਸੀ, ਕਿਤੇ ਨਾ ਕਿਤੇ ਜਿਹੜੀ ਪਾਰਟੀ ਦੇ ਅੰਦਰ ਹੈ ਇਹ ਆਪਸੀ ਖਹਿਬਾਜ਼ੀ ਦਾ ਵੀ ਨਤੀਜਾ? ਦੇਖੋ ਬੜੀ ਹੈਰਾਨਗੀ ਦੀ ਗੱਲ ਆ ਔਰ ਬੜੀ ਹੀ ਦੁੱਖ ਦੀ ਵੀ ਗੱਲ ਆ। ਅੱਜ ਤੁਸੀਂ ਇਸ ਸਾਰੀ ਚੀਜ਼ ਨੂੰ ਜਿਸ ਤਰੀਕੇ ਨਾਲ ਕਈ ਰਾਜਨੀਤਿਕ ਦਲ ਪੇਸ਼ ਕਰਦੇ ਪਏ ਆ, ਸਾਡੀ ਕਾਹਦੀ ਮਜਬੂਰੀ? ਸਾਨੂੰ 5 ਸਾਲਾਂ ਦਾ ਫਤਵਾ ਮਿਲਿਆ ਜੀ, ਇਲੈਕਸ਼ਨ ਸਾਡੇ ਪੰਜਾਬ ਦੇ ਵਿੱਚ 4 ਸਾਲਾਂ ਬਾਅਦ ਆ। ਅੱਜ ਇਹ ਸਾਰੀ ਚੀਜ਼ਾਂ ਨੂੰ ਕਰਕੇ ਇਸ ਚੀਜ਼ ਨੂੰ ਬੁਲੇਟਿਨ ਕਰਨਾ ਚਾਹੁੰਦੇ ਆ, ਇਹ ਚੀਜ਼ ਨੂੰ ਛੋਟਾ ਦਿਖਾਉਣਾ ਚਾਹੁੰਦੇ ਆ। ਅਕਾਲੀ ਸੁਖਪਾਲ ਖਹਿਰੇ ਤੋਂ ਇਲਾਵਾ ਇਹਨਾਂ ਕੋਲ ਇਸ ਮੁੱਦੇ ਤੋਂ ਇਲਾਵਾ ਬੋਲਣ ਨੂੰ ਕੁਛ ਨਹੀਂ ਹੈਗਾ। ਇਹ ਉਦੋਂ ਦਾ ਇਸ ਮੁੱਦੇ ਨੂੰ ਲੈ ਕੇ ਜੋ ਢੋਲ ਵਜਾਉਣ ਲੱਗੇ ਅੱਜ ਉਸ ਚੀਜ਼ ਨੂੰ, ਅੱਜ ਇਹ ਮੁੱਦਾ ਖਤਮ ਹੋ ਗਿਆ। ਜਾਂ ਅੱਜ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਅੱਜ ਆਪਾਂ ਰਾਣਾ ਗੁਰਜੀਤ ਜੀ ਨੂੰ ਦੋਸ਼ੀ ਕਰਾਰ ਦੇ ਦਿੱਤਾ? ਨਹੀਂ, ਦੋਸ਼ੀ ਕਰਾਰ ਕਿਹਨੇ ਦਿੱਤਾ? ਅਦਾਲਤ ਵਿੱਚ ਲਿਖਿਆ, ਕਿਸ ਕਾਨੂੰਨ 'ਚ ਲਿਖਿਆ, ਕਿਸ ਕਨਸਟੀਟਿਊਸ਼ਨ? ਆਪਾਂ ਸਿਰਫ ਅਸਤੀਫੇ ਤੇ ਗੱਲ ਕਰ ਰਹੇ ਹਾਂ। ਅੱਜ ਪਾਰਦਰਸ਼ਤਾ ਦੀ ਗੱਲ, ਅੱਜ ਸਾਰੀ ਜਗ੍ਹਾ ਪਾਰਦਰਸ਼ਤਾ, ਟ੍ਰਾਂਸਪੇਰੈਂਸੀ, ਐਂਟੀ ਕਰਪਸ਼ਨ ਦੀਆਂ ਗੱਲਾਂ ਕਰਦੇ। ਇਹੀ ਤਾਂ ਡੈਮੋਕਰੇਸੀ ਆ। ਜੋ ਇਹ ਆਮ ਆਦਮੀ ਪਾਰਟੀ ਗੱਲਾਂ ਕਰਦੀ ਸੀ ਅਸੀਂ ਕਰਕੇ ਵਿਖਾਇਆ। ਇਹਨਾਂ ਦੀ ਦਿੱਲੀ ਸਰਕਾਰ ਆ, ਇਹਨਾਂ ਨੇ ਕਿਹਦੇ ਤੋਂ? ਛੋਟੇਪੁਰ ਸਾਹਿਬ ਦੀ ਹੁਣੇ ਗੱਲ ਕਰਦੇ, ਛੋਟੇਪੁਰ ਸਾਹਿਬ ਤੋਂ ਇਹਨਾਂ ਨੇ ਇਲਜ਼ਾਮ ਲਾਤੇ, ਅੱਜ ਤੱਕ ਕਦੀ ਪ੍ਰੂਫ ਕੀਤੇ? ਹਾਂ ਠੀਕ ਹੈ, ਇਹਨਾਂ ਨੇ ਅੱਜ ਤੱਕ ਕਦੀ ਉਹ ਟੇਪ ਕੱਢੀ? ਇੱਕ ਆਦਮੀ ਦਾ ਅਕਸ ਖਰਾਬ ਕਰਕੇ ਬਾਹਰ ਮਾਰਿਆ ਉਸ ਆਦਮੀ ਨੂੰ ਕਦੀ? ਇਹਨਾਂ ਨੇ ਉਸ ਤੋਂ ਪਹਿਲਾਂ ਸਲਮਾਨ ਖੁਰਸ਼ੀਦ, ਜਦੋਂ ਇਹ ਵਾਡਰਾ ਤੋਂ ਲੈ ਕੇ ਇਹਨਾਂ ਨੇ ਕਿਹਦੇ ਕਿਹਦੇ ਤੇ ਇਲਜ਼ਾਮ ਨਹੀਂ ਲਾਏ? ਇਹ ਪਾਰਟੀ ਦਾ ਕੰਮ ਹੀ ਇਲਜ਼ਾਮ ਲਾਉਣਾ ਵਾ ਔਰ ਭੱਜ ਜਾਣਾ। ਲੇਕਿਨ ਟ੍ਰਾਂਸਪੇਰੈਂਸੀ ਔਰ ਪਾਰਦਰਸ਼ਤਾ ਦੀ ਅਗਰ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਹ ਕਰਕੇ ਵਿਖਾਇਆ। ਇਹ ਵੱਡੀ ਗੱਲ ਆ, ਇਹ ਛੋਟੀ ਗੱਲ ਨਹੀਂ ਆ। ਬਿਨਾਂ ਪ੍ਰੂਫ ਕੀਤੇ ਇੱਕ ਬੰਦੇ ਨੂੰ ਅੱਜ ਗਿਲਟੀ ਇਹਨਾਂ ਨੇ ਨਾ ਹੋਵੇ, ਨਾ ਅਦਾਲਤ, ਨਾ ਕੋਰਟ, ਨਾ ਪੁਲਿਸ, ਅੱਜ ਫਿਰ ਵੀ ਇਹੀ ਤਾਂ ਪਾਰਦਰਸ਼ਤਾ ਹੁੰਦੀ ਆ। ਟ੍ਰਾਂਸਪੇਰੈਂਸੀ ਕਿਹਨੂੰ ਕਹਿੰਦੇ ਆ ਅਸੀਂ? ਠੀਕ ਹੈ, ਚਲੋ ਠੀਕ ਹੈ, ਸਾਡੀ ਪਾਰਟੀ ਵੱਲੋਂ ਤੁਸੀਂ ਇਹਨੂੰ ਜੈ ਮਰਜ਼ੀ ਨਹੀਂ ਜੈ ਮਰਜ਼ੀ ਇਹਨੂੰ ਤਰੋੜ ਮਰੋੜ ਕੇ ਮੇਰੀ ਗੱਲ, ਔਰ ਮੈਂ ਆਪਣਾ ਇਹਨਾਂ ਦਾ ਵੀ ਇੱਕ ਜ਼ਰੂਰ ਜਵਾਬ ਦੇਣਾ ਚਾਹੂੰਗਾ। ਇਹ ਵਾਰ ਵਾਰ ਇਹ ਸੁਖਪਾਲ ਖਹਿਰੇ ਨੂੰ ਕ੍ਰੈਡਿਟ ਦੇਈ ਜਾਂਦੇ ਆ ਵੀ ਸੁਖਪਾਲ ਖਹਿਰੇ ਨੇ ਦਵਾਤਾ ਅਸਤੀਫਾ। ਸੁਖਪਾਲ ਖਹਿਰਾ ਸਾਡੇ ਤੋਂ ਕੁਛ ਕਰਵਾ ਸਕਦਾ ਇਹੋ ਜਿਹਾ? ਠੀਕ ਹੈ, ਤੁਸੀਂ ਆਪ ਦੱਸੋ ਸੁਖਪਾਲ ਖਹਿਰੇ ਤੇ ਖੁਦ ਦੇ ਜਿਹੜੇ ਐਲੀਗੇਸ਼ਨ ਇਹਨਾਂ ਦੇ ਪਾਰਟੀ ਨੇ ਅਸਤੀਫਾ ਮੰਗਿਆ, ਕਦੀ ਉਹਦੇ ਬਾਰੇ ਬੋਲੇ? ਠੀਕ ਹੈ, ਸੁਖਪਾਲ ਖਹਿਰੇ ਤੇ ਈਡੀ ਵੱਲੋਂ ਨੋਟਿਸ ਆਏ, ਬਰਾਬਰ ਦੀ ਐਲੀਗੇਸ਼ਨ। ਇਹ ਆ ਪਾਰਟੀ, ਇਹ ਆ ਕਾਂਗਰਸ ਪਾਰਟੀ, ਚਲੋ ਠੀਕ ਹੈ, ਦਮ ਆ ਇਹਨਾਂ ਨੂੰ, ਕੋ ਦਮ ਵਿਖਾਣ ਇਹ ਪਾਰਟੀ। ਠੀਕ ਹੈ, ਬੂਟਾ ਸਿੰਘ ਵੈਰਾਗੀ, ਹੁਣ ਕਈ ਇਲਜ਼ਾਮ ਨੇ ਤੁਹਾਡੇ ਤੇ ਲੱਗੇ ਹੋਈਆਂ, 90 ਕਰੋੜ ਰੁਪਏ ਲਿੱਤਾ। ਠੀਕ ਹੈ ਬੂਟਾ ਸਿੰਘ ਵੈਰਾਗੀ, ਕਈ ਇਲਜ਼ਾਮ ਨੇ, ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਵੀ ਮਸਲਾ ਹੈ, ਰਾਣਾ ਗੁਰਜੀਤ ਦਾ, ਰਾਣਾ ਨਾਲ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਵੀ ਆਪਣਾ ਵੀ ਉਹ ਹੈ, ਖਤਮ ਹੋ ਚੁੱਕਾ। ਠੀਕ ਹੈ, ਸੁੱਚਾ ਸਿੰਘ ਛੋਟੇਪੁਰ ਹੋਰਾਂ ਵਾਲਾ ਵੀ ਮਸਲਾ ਹੈ, ਨਾਲ ਸੁਖਪਾਲ ਸਿੰਘ ਖਹਿਰਾ ਦਾ ਵੀ। ਉਸ ਤੋਂ ਇਲਾਵਾ ਦਿੱਲੀ ਦੇ ਵਿੱਚ ਵੀ ਤੁਹਾਡੇ ਕਈ ਵਿਧਾਇਕਾਂ ਤੇ ਇਲਜ਼ਾਮ ਲੱਗਦੇ ਰਹਿੰਦੇ ਨੇ, ਉਹਨਾਂ ਮਾਮਲਿਆਂ ਦੇ ਵਿੱਚ ਫਿਰ ਕਿਉਂ ਨਹੀਂ ਅਸਤੀਫੇ ਹੁੰਦੇਗੇ ਨੈਤਿਕਤਾ ਦੇ ਆਧਾਰ ਤੇ? ਜੀ ਗੁਰਪ੍ਰੀਤ ਜੀ, ਦੇਖੋ ਪਹਿਲੀ ਗੱਲ ਤਾਂ ਮੈਂ ਜਿਵੇਂ ਪਹਿਲਾਂ ਹੀ ਸਬਮਿਟ ਕਰ ਚੁੱਕਿਆ ਵੀ ਕਰਪਸ਼ਨ ਦੇ ਕੇਸਾਂ ਨੂੰ ਲੈ ਕੇ
ਆਪਾਂ ਦੂਜਿਆਂ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਮਾਰਕੁੱਟ ਦਾ ਲੱਗਦਾ, ਦਿੱਲੀ ਦੇ MLA ਸੀ ਦੀ ਜਾਲੀ ਡਿਗਰੀ ਦਾ ਲੱਗਦਾ, ਇਹ ਉਹ ਲੱਗਦਾ, ਉਹ ਕਿਤੇ ਨਾ ਕਿਤੇ ਪੋਲੀਟੀਕਲੀ ਮੈਨੂਪੁਲੇਟ ਹੈਗੇ ਆ ਜਾਂ ਜਿਵੇਂ ਵੀ ਆ, ਉਹ ਅਸੀਂ ਬੰਦੇ ਬਾਹਰ ਕੱਢ ਵੀ ਦਿੱਤੇ ਆ ਚਾਹੇ। ਪਰ ਜਦੋਂ ਕਰਪਸ਼ਨ ਦੀ ਗੱਲ ਆ ਜਾਂਦੀ ਆ, ਕਰਪਸ਼ਨ ਤੇ ਸਾਡੀ ਜ਼ੀਰੋ ਟੋਲਰੈਂਸ ਆ। ਇੱਕ ਮੰਤਰੀ ਨੂੰ ਅਸੀਂ ਟੇਪ ਦੇ ਬਿਹਾਫ ਤੇ ਉੱਥੇ ਕਰਪਸ਼ਨ ਚੋਂ ਕੱਢਿਆ ਵਾ, ਬਾਕੀ ਐਲੀਗੇਸ਼ਨ ਹੀ ਇਹ ਸੱਚ ਆ। ਅੱਜ ਮੈਂ ਬਾਅਦ ਚ ਕਰ ਲਈ ਪੰਜਾਬ ਚ ਮਾਈਨਿੰਗ ਦੀ ਛੋਟੀ ਸਬਮਿਸ਼ਨ ਲੈ ਦਿੰਦੇ ਠੀਕ ਹੈ। ਇਹਨਾਂ ਤੋਂ ਪੁੱਛੋ ਐਲੀਗੇਸ਼ਨ ਦੀ ਗੱਲ ਕਰ ਰਹੇ ਸੀ ਨਾ, 2 ਕਰੋੜ ਦਾ ਕੇਜਰੀਵਾਲ ਤੇ ਐਲੀਗੇਸ਼ਨ ਸੀਗਾ ਕਿ ਨਹੀਂ ਸੀ, ਇਹਨਾਂ ਦੇ ਮੰਤਰੀ ਦੇ ਉੱਤੇ ਐਲੀਗੇਸ਼ਨ ਸੀਗਾ ਕਿ ਨਹੀਂ ਸੀ? ਠੀਕ ਹੈ, ਜਵਾਬ ਦੇ ਦੇਣਾ, ਜਵਾਬ ਦੇ ਦੇਣਾ। ਚਲੋ ਠੀਕ ਹੈ, ਤੁਸੀਂ ਆਪਣਾ ਸਵਾਲ ਪੁੱਛ ਲਿਆ, ਹੁਣੇ ਦੇ ਦਿੰਦੇ ਆ ਜਵਾਬ। ਠੀਕ ਹੈ ਜੀ, ਜਿਨ੍ਹਾਂ ਨੇ ਗੁਰਪ੍ਰੀਤ ਜੀ ਜਿਨ੍ਹਾਂ ਨੇ ਐਲੀਗੇਸ਼ਨ ਲਾਏ ਸੀ, ਉਹ ਕਪਿਲ ਮਿਸ਼ਰਾ ਜੀ ਅੱਜ ਉਹ ਬੀਜੇਪੀ ਦੀ ਪਾਰਟੀ ਦੇ ਵਿੱਚ ਸਵਾਰ ਨੇ, ਉਹਨਾਂ ਦਾ ਕੋਈ ਨਹੀਂ, ਉਹ ਸਾਰਾ ਕੁਛ ਐਵੇਂ ਮਾਇਰ ਐਲੀਗੇਸ਼ਨ ਸੀ। ਬਾਕੀ ਮੁੱਖ ਦੀ ਗੱਲ, ਲਾਅ ਐਂਡ ਆਰਡਰ ਪੁਲਿਸ ਸੈਂਟਰ ਕੋਲੇ ਆ, ਜੇ ਉਹਨਾਂ ਨੂੰ ਲੱਗਦਾ, ਅਸੀਂ ਤਾਂ ਦੋਨੇ ਹੱਥ ਜੋੜ ਕੇ ਕਹਿੰਦੇ ਹਾਂ ਵੀ ਇਨਵੈਸਟੀਗੇਸ਼ਨ ਕਰੋ, ਸਾਡੇ ਤੇ FIR ਕਰੋ, ਸਾਨੂੰ ਕਾਨੂੰਨੀ ਸ਼ਿਕੰਜੇ 'ਚ ਲਿਆਓ ਜੇ ਕੁਛ ਹੈ ਵੀ। ਲਾਅ ਐਂਡ ਆਰਡਰ ਸਾਡੇ CM ਕੋਲੇ ਨਹੀਂ ਦਿੱਲੀ। ਬਾਕੀ ਮੈਂ ਗੱਲ ਇੱਥੇ ਪੰਜਾਬ ਦੀ ਕਰਦਾ, ਦੇਖੋ ਇਹ ਜਿਹੜੀ ਗੱਲ ਸੀਗੀ ਮਾਈਨਿੰਗ ਦੀ, ਇਹ ਜਿਹੜੀ ਟਰਾਂਸਪੇਰੈਂਸੀ ਆਪਸ਼ਨ ਦੀ ਗੱਲ ਹੋਈ ਸੀ, ਇਹ 2 ਮਈ ਤੋਂ ਸਟਾਰਟ ਹੋਈ ਸੀਗੀ। ਕਿਸ ਤਰ੍ਹਾਂ ਅਮਿਤ ਬਹਾਦਰ ਦੇ ਥਰੂ ਲੱਗੇ, ਕਿਸ ਤਰ੍ਹਾਂ ਇਰੀਗੇਸ਼ਨ ਦੇ ਪੈਸੇ ਜਿਹੜੇ ਸਕੈਮ ਦੇ ਸੀਗੇ ਉਹ ਲੱਗੇ, ਇਹ ਸਾਰਾ ਮੀਡੀਆ ਤੇ ਪਬਲਿਕ ਦਾ, ਪਬਲਿਕ ਨੂੰ ਕ੍ਰੈਡਿਟ ਜਾਂਦਾ, ਜਿਹਨੇ ਅੱਜ ਮਜਬੂਰ ਕਰਤਾ ਵਾ ਕਾਂਗਰਸ ਸਰਕਾਰ ਨੂੰ ਅਸਤੀਫਾ ਇਹਨਾਂ ਦੇ ਮੰਤਰੀ ਤੋਂ ਲੈਣ ਲਈ। ਬਾਕੀ ਇਹ ਆਮ ਆਦਮੀ ਪਾਰਟੀ ਦੀ ਇੱਕ ਜਿੱਤ ਮੈਂ ਮਹਿਸੂਸ ਕਰਦਾ ਵਾ। ਨਹੀਂ, ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹ ਅਪੀਲ ਕਰਦਾ ਵੀ ਜਿਹੜਾ ਜਸਟਿਸ ਨਾਰੰਗ ਦਾ ਕਲੀਨ ਚਿੱਟ ਕਮਿਸ਼ਨ, ਦੇਖੋ ਤੁਸੀਂ ਜਿੰਨਾ ਵੀ ਉਸ ਤੇ ਖਰਚਾ ਆਇਆ, ਜਿਵੇਂ ਅਸੀਂ 2 ਜਨਵਰੀ ਨੂੰ ਓਪਨ ਲੈਟਰ ਇਸ਼ੂ ਕਰਦੇ ਹੋਏ ਕਿਹਾ ਸੀਗਾ ਬਈ ਉਹ ਸਾਰਾ ਇਹਨਾਂ ਨੇ ਇੱਕ ਝੂਠ ਤੇ ਇੱਕ ਸਿਰਫ ਤੇ ਸਿਰਫ ਅੱਖਾਂ 'ਚ ਧੋਖਾ ਦੇਣ ਵਾਲਾ ਕਮਿਸ਼ਨ ਆ, ਉਹ ਅੱਜ ਅਸਤੀਫੇ ਤੋਂ ਬਾਅਦ ਪ੍ਰੂਵ ਵੀ ਹੋ ਗਿਆ ਜਿੰਨਾ ਉਹ ਤੇ ਖਰਚਾ ਆਇਆ, ਉਹ ਪਬਲਿਕ ਦੇ ਵਿੱਚ ਦੁਬਾਰਾ ਵਾਪਸ ਆਉਣਾ ਚਾਹੀਦਾ, ਮੇਰੀ ਤਾਂ ਇਹ ਤੁਹਾਨੂੰ ਸਬਮਿਸ਼ਨ। ਚਲੋ ਠੀਕ ਹੈ ਜੀ, ਪਰ ਇਹਨਾਂ ਦੇ ਵੱਲੋਂ ਲਗਾਤਾਰ ਕਾਂਗਰਸ ਦੇ ਵੱਲੋਂ ਤਾਂ ਇਹੀ ਕਿਹਾ ਜਾ ਰਿਹਾ, ਔਰ ਤੁਹਾਨੂੰ ਵੀ ਪਤਾ ਕਿ ਤੁਸੀਂ ਠੀਕ ਹੈ ਕ੍ਰੈਡਿਟ ਲੈਣ ਦੀ ਸਾਰੇ ਕੋਸ਼ਿਸ਼ ਕਰਨਗੇ ਹੁਣ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਦੀ, ਪਰ ਸੱਚਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕਾਂਗਰਸ ਨੂੰ ਜਾਂਦਾ ਜੀ, ਕ੍ਰੈਡਿਟ ਪੰਜਾਬ ਦੇ ਲੋਕਾਂ ਨੂੰ ਜਾਂਦਾ। ਨਹੀਂ, ਕਾਂਗਰਸ ਨੇ ਆਪਣੀ ਨੀਤੀ ਦੇ ਤਹਿਤ ਉਹ ਅਸਤੀਫਾ ਲਿਆ ਹੈ, ਇਹ ਤੁਸੀਂ ਵੀ ਜਾਣਦੇ ਹੋ। ਖੈਰ, ਡਿਬੇਟਾਂ ਆਈਆਂ ਵਾ, ਇਹ ਕ੍ਰੈਡਿਟ ਤੁਹਾਨੂੰ ਮੀਡੀਆ ਨੂੰ ਜਾਂਦਾ, ਪ੍ਰਿੰਟ ਮੀਡੀਆ ਟ੍ਰਿਬਿਊਨ ਨੂੰ ਜਾਂਦਾ। ਚਲੋ ਠੀਕ ਹੈ, ਇਨੀਸ਼ੀਏਟ ਕੀਤਾ ਸੀ ਪ੍ਰੋਗਰਾਮ। ਚਲੋ ਠੀਕ ਹੈ, ਟੇਲਰ ਤੋਂ ਇਹਨਾਂ ਦੇ MLA ਨੇ ਅਸਤੀਫਾ ਮੰਗਿਆ। ਇੱਕ ਗੁਰਪ੍ਰੀਤ ਜੀ, ਇੱਕ ਆਖਰੀ ਗੱਲ ਇੰਨੀ ਦੱਸ ਦੇਣ ਵੀ ਇਹਨਾਂ ਦੀ ਪਾਰਟੀ 'ਚ ਸਾਰੇ ਐਲੀਗੇਸ਼ਨ ਤੋਂ ਇਲਾਵਾ ਇਹਨਾਂ ਦੀ ਪਾਰਟੀ ਦੀ ਕਿਰਦਾਰ ਦੱਸ ਦੇਣ ਕੋਈ ਨਾ ਕੋਈ ਗੱਲ। ਸਾਰੇ ਆ ਵੀ ਅਸੀਂ ਇਹਨਾਂ ਦੀ ਪਾਰਟੀ ਬਹੁਤ ਸਾਰੇ ਐਲੀਗੇਸ਼ਨ ਕਰ ਰਹੇ ਆ ਆਪਣੇ ਹੈਲਥ ਸੈਕਟਰ ਦੇ ਵਿੱਚ, ਇਹਨਾਂ ਦੀ ਜਜਮੈਂਟ ਆਪ ਇਹਨਾਂ ਦੀ ਗੱਲਾਂ ਬਾਤਾਂ ਤੇ ਅੱਜ ਆਪ ਇਹਨਾਂ ਦੀ ਸੋਚ ਧਰਤੀ ਤੇ ਬਾਕੀ ਸਾਰੇ ਲੋਕਾਂ ਦੀ ਇੱਕ ਸਟੈਪ ਚੱਕ ਲੈ ਮੰਨਦਾ ਬਾਕੀ ਸਾਰੀ ਦੁਨੀਆ ਬਈ। ਮੈਂ ਗੁਰਪ੍ਰੀਤ ਜੀ ਤੁਹਾਨੂੰ ਹੋਰ ਦੱਸਦਾ, ਜੇ ਮਹਾਰਾਜਾ ਦਾ ਵੀ ਕਮੈਂਟ ਲੈ ਲਓ ਜਾਂਦੇ, ਜੇ ਗੁਰਪ੍ਰੀਤ ਜੀ ਇਹਨਾਂ ਦਾ ਪੀੜ। ਚਲੋ ਠੀਕ ਹੈ, ਹਾਂ ਠੀਕ ਹੈ, ਮਾਨ ਸਾਹਿਬ ਮਾਨ ਸਾਹਿਬ ਠੀਕ ਹੈ, ਬਰਾਗੀ ਸਾਹਿਬ ਹੁਣ ਠੀਕ ਹੈ, ਮਾਨ ਸਾਹਿਬ ਗੁਰਪ੍ਰੀਤ ਜੀ ਜੀ ਮਾਨ ਸਾਹਿਬ, ਆਮ ਆਦਮੀ ਪਾਰਟੀ ਉਹ ਬਿੱਲੀ ਹੈ ਜਿਹੜੀ 100 ਚੂਹੇ ਖਾ ਕੇ ਹੱਜ ਨੂੰ ਚੱਲੀ ਹੈ। ਠੀਕ ਹੈ, ਹੁਣ ਤੁਸੀਂ ਆਪਣਾ ਕਮੈਂਟ ਚਾਹੋ ਤਾਂ ਦੇ ਸਕਦੇ ਹੋ ਮਾਨ ਸਾਹਿਬ, ਫਿਰ ਮੈਂ ਵਾਈਂਡ ਅਪ ਕਰਨਾ ਇਸ ਪ੍ਰੋਗਰਾਮ। ਗੁਰਪ੍ਰੀਤ ਜੀ, ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਕੋਲੇ ਝੂਠ ਬੋਲਣ ਤੋਂ ਬਿਨਾਂ ਕੁਛ ਨਹੀਂ, ਇਹ ਸਿਰਫ ਗੱਲ ਮੁੱਦੇ ਦੀ ਨਹੀਂ ਕਰਦੇ, ਇਹ ਆਪਣਾ ਇੱਕ ਚਿੱਠਾ ਚੱਕ ਲਿਆਉਂਦੇ ਨੇ ਉਹ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ, ਜਦੋਂ ਕਿ ਇਹਨਾਂ ਨੂੰ ਚਾਹੀਦਾ ਕਿ ਪ੍ਰੋਪਰ ਜਿਹੜੀ ਗੱਲ ਐਂਕਰ ਵੱਲੋਂ ਪੁੱਛੀ ਜਾਂਦੀ ਹੈ ਉਹਦਾ ਜਵਾਬ ਦੇਣ। ਠੀਕ ਹੈ, ਚਲੋ ਠੀਕ ਹੈ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਵਿਚਾਰ ਚਰਚਾ ਦੇ ਵਿੱਚ ਬਣੇ ਰਹਿਣ ਦੇ ਲਈ। ਐਲੀਗੇਸ਼ਨ ਨਹੀਂ ਹੈ, ਠੀਕ ਹੈ ਮਾਨ ਸਾਹਿਬ, ਤੁਹਾਨੂੰ ਸਲਾਹ ਦਿੰਦਾ ਤੁਸੀਂ ਥੋੜੇ ਠੰਡੇ ਰਿਹਾ ਕਰੋ, ਬੰਦਾ ਤੁਹਾਡੇ ਮੂਰੇ ਅਸਤੀਫਾ ਦਿਓ ਜੇ ਤੁਹਾਡੇ। ਠੀਕ ਹੈ, ਥੋੜੇ ਤੁਸੀਂ ਵੀ ਥੋੜੇ ਠੰਡੇ ਰਿਹਾ ਕਰੋ। ਚਲੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਜੁੜਨ ਦੇ ਲਈ। ਸਵਾਲ ਜੋ ਅਸੀਂ ਦਰਸ਼ਕਾਂ ਤੋਂ ਪੁੱਛਿਆ ਸੀ ਉਸਦੇ ਜਵਾਬ ਦਾ ਟਾਈਮ ਹੈ। ਸਵਾਲ ਅਸੀਂ ਪੁੱਛ ਰਹੇ ਸੀ ਅੱਜ ਕੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਮਨਜ਼ੂਰ ਹੋਣਾ ਵਾਜਿਬ ਫੈਸਲਾ ਹੈ, ਜੋ ਦਰਸ਼ਕਾਂ ਦੀ ਰਾਏ ਦੇ ਰੂਪ 'ਚ ਸਾਨੂੰ ਮਿਲੇ ਨੇ ਜਵਾਬ, ਉਹ ਇਸ ਤਰ੍ਹਾਂ ਨੇ। 86% ਲੋਕ ਮੰਨਦੇ ਨੇ ਵਾਜਿਬ ਫੈਸਲਾ ਹੈ, 14% ਲੋਕ ਇਸ ਰਾਏ ਦੇ ਨਾਲ ਸਹਿਮਤ ਨਹੀਂ।